ਗੁਰਦਾਸਪੁਰ ਜ਼ਿਲ੍ਹੇ ਚਤਾਇਨਾ ਦੇ ਡਰੱਗ ਇੰਸਪੈਕਟਰ ਬਬਲੀਨ ਕੋਰਨੋ ਪ੍ਰਸ਼ਟਾਚਾਰ ਦੇ ਮਾਮਲੇ ਵਿੱਚ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ ਤੇ ਮਿਲੇ ਵੇਰਵਿਆਂ ਅਨੁਸਾਰ ਉਸ ਦੀ ਗ੍ਰਿਫਤਾਰੀ ਇੱਥੇ ਗੁਰਨਾਨਕ ਦੇਵ ਯੂਨੀਵਰਸਿਟੀ ਸਮੂਹ ਤੋਂ ਹੋਈ ਹੈ ਜਿਸ ਨੂੰ ਪੁਲਿਸ ਪੁੱਛਗਿੱਛ ਲਈ ਆਪਣੇ ਨਾਲ ਗੁਰਦਾਸਪੁਰ ਵਿਖੇ ਲੈ ਗਈ ਜ਼ਿਕਰਯੋਗ ਹੈ ਕਿ ਇਹ ਡਰੱਗ ਇੰਸਪੈਕਟਰ ਨਵੀਆਂ ਦੁਕਾਨਾਂ ਦੇ ਲਾਇਸੈਂਸ ਦੇਣ ਦੀ ਐਪ ਵਿੱਚ ਰਿਸ਼ਵਤ ਮੰਗਦੀ ਸੀ ਤੇ ਇਸ ਦੀ ਭਗਵੰਤ ਮਾਨ ਦੇ ਕ੍ਰਾਈਮ ਪੋਰਟਲ ਤੇ ਸ਼ਿਕਾਇਤ ਵੀ ਕੀਤੀ ਗਈ ਸੀ ਤੇ ਉਸੇ ਤੇ ਕਾਰਵਾਈ ਕਰਦੇ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ